अस्सलाम वालेकुम जी। अज असीं तुहानूं चक नंबर 158 खखां दा सब तो खूबसूरत ते एक खेत दे विच यानी एक किले दे विच जिहड़ा बनिया होया घर वो दिखा रहे हैं ते बाद दे विच तुहानूं असीं दसदे हां वी किहना दा उह घर आ ते किहड़ी जगह ते किहड़ी साइड ते मौजूद आ। हुण तुहानूं असीं दसदे हां जी आ सड़क जा रही आ अड्डा बशीराबाद नूं साडे कोने तों, ठीक है जी। ते ऐ सड़क जिहड़ी है जा रही है गगोमाल जामारा ते छेखां ते एक मरीज वाले रोड ते गगोमाल थानी हो के चढ़ जांदी है। ऐ सड़क जिहड़ी सामने ये जा रही है जी टोबे रोड ते गोजरे ते इहदे उत्ते एक खेत दे विच पूरे एक किले दे विच सब तो सोहना ते खूबसूरत घर माशाला राणा राजपूत हाउस जी राणा मुहम्मद यूनस खान संत इहदी अज तुहानूं असीं सैर कराउंदे आ नाले तुहानूं उहनां दा घर दिखाउंदे आ ते नाले तुहानूं दसदे आ वी राणा साहब दी की पिंड वास्ते खदमात सी। आओ जी हुण तुहानूं माशाला मैं राणा साहब हाउस दे राजपूत हाउस दे राणा जहीर बाबर खां जिहड़े कि बैंक मैनेजर आ माशाला नैशनल बैंक दे उहनां दे घर दे सामणे खड़े आ तुहानूं घर दिखाउंदे आ नाले साइड ते। आओ जी बिस्मिल्लाह माशाला जी आ देखो जी पूरी खखां दे विचों एक नंबर ते सब तो सोहना घर माशाला राणा साहब दा एक खेत दे विच इहदे मारो जी आले दुआले सारे लो जी राणा मुहम्मद यूनस खान साहब जिन्हां दे घर दी तुहानूं सैर कराई आ चक नंबर 158 खखां दे विच कोने दे घर दी एक किले दे विच माशाला बहुत सोहना ते खूबसूरत घर आ। हुण असीं बैठक दे विच उहनां दी बैठे हाँ ते उह पीर वारिस शाह ने लिखिया जी वारिस शाह उह सदा ही जीवदे ने जिन्हां कीतियां ने कमाईयां ने। राणा मुहम्मद यूनस साहब वी पिंड वास्ते दो इदां दीआं खिदमात आ जिन्हां नूं सारी जिंदगी ना आउणे वाली नसल ते ना पुरानी नसल भुल नहीं सकदी। एक खिदमात यह सी कि साडे पिंड मदरसे वाली जगह जिहड़ी आ उह राणा साहब ने तकरीबन सन 87-88 दे विच बहुत जद्दोजहद दे विच इक छप्पड़ सीगा उह ते पिंडां दे विच कोशिश हुंदी बंदिआं दी वी जगह नूं वड़ लईए कब्जा कर लईए। उस जगह नूं सन 87-88 दे विच बड़ी कोशिश दे नाल ACDC ਦੇ ਗੇੜੇ ਕੱਢ ਕੱਢ ਕੇ ਕੋਸ਼ਿਸ਼ ਕਰਕੇ ਮਨਜ਼ੂਰ ਮਦਰਸੇ ਵਾਸਤੇ ਕਰਵਾ ਕੇ ਛੱਡਿਆ ਜਿੱਥੇ ਅੱਜ ਕੱਲ੍ਹ ਮਦਰਸਾ ਮਾਸ਼ਾਅੱਲਾ ਐਡਾ ਖੂਬਸੂਰਤ ਉਹਦਾ ਵੀ ਵਿਜ਼ਿਟ ਕਰਾਵਾਂਗੇ ਤੁਹਾਨੂੰ ਬਣਿਆ ਹੋਇਆ ਜਿੱਥੇ ਹਜ਼ਾਰਾਂ ਦੀ ਤਦਾਦ ਨਾਲ ਲੜਕੀਆਂ ਲੜਕੇ ਤਲੀਮ ਦੀਨੀ ਹਾਸਲ ਕਰ ਰਹੇ ਆ ਜਿਹੜੀ ਸਾਰੀ ਜ਼ਿੰਦਗੀ ਰਾਣਾ ਸਾਹਿਬ ਦੇ ਪਿੱਛੇ ਨੇਕੀਆਂ ਦਾ ਇੱਕ ਬੜਾ ਵੱਡਾ ਜ਼ਰੀਆ ਅਤੇ ਦੂਸਰੀ ਇਹ ਖਿਦਮਤ ਸੀ ਰਾਣਾ ਸਾਹਿਬ ਦੀ ਉਹ ਵੀ ਇੱਕ ਯਾਦਗਾਰ ਖਿਦਮਤ ਆ ਕਿ ਉਹਨਾਂ ਨੂੰ ਸਾਰਾ ਪਿੰਡ ਬਾਈ ਜੀ ਬਾਈ ਜੀ ਕਹਿ ਕੇ ਬੁਲਾਉਂਦਾ ਸੀ ਅਤੇ ਏਡੀ ਸਾਦੀ ਰੂਹ ਅਤੇ ਏਡੇ ਚੰਗੇ ਬੰਦੇ ਸੀ ਵੀ ਦੋ ਕਿੱਲੇ ਜ਼ਮੀਨ ਜਿਹੜੀ ਸਾਡੇ ਪਿੰਡ ਦੀ ਕਬਰਸਤਾਨ ਵਾਸਤੇ ਪਈ ਹੈ ਅਤੇ ਉਹ ਕੋਲੇ ਤੋਂ ਓਡਾ ਨਹੀਂ ਬਸਦੀ ਸੀਗੀ ਉਹਨਾਂ ਨੇ ਹੁਣ ਨੂੰ ਵੜ ਲੈਣੀ ਸੀ ਸਾਰੀ ਉਹ ਰਾਣਾ ਸਾਹਿਬ ਨੇ 4-5 ਸਾਲ ਲਗਾਤਾਰ ਕੋਸ਼ਿਸ਼ ਕਰਕੇ ਉਹ ਜਿਹੜੀ ਜਗ੍ਹਾ ਸੀਗੀ ਰਾਣਾ ਮੁਹੰਮਦ ਯੂਨਸ ਸਾਹਿਬ ਉਹਨਾਂ ਨੇ ਬੜੀ ਕੋਸ਼ਿਸ਼ ਕਰਕੇ ਉਹ ਜਗ੍ਹਾ ਨੂੰ ਦੋ ਕਿੱਲਿਆਂ ਨੂੰ ਕਬਰਸਤਾਨ ਵਾਸਤੇ ਮਨਜ਼ੂਰ ਕਰਾ ਕੇ ਅਤੇ ਚੱਕ ਨੰਬਰ 158 ਵਾਸਤੇ ਉਹ ਛੱਡੀ ਆ ਜਿੱਥੇ ਹੁਣ ਸਾਡੇ ਅਬਾਓ ਅਜਦਾਦ ਅਤੇ ਕਈਆਂ ਦੇ ਭੈਣਾਂ ਭਰਾਵਾਂ ਦੀਆਂ ਕਬਰਾਂ ਵਾਂ ਅਤੇ ਗਾਂਵਾਂ ਦੀ ਮਾਸ਼ਾਅੱਲਾ ਜੀ ਅੱਲਾ ਦੀ ਯਾਦ ਤੰਦਰੁਸਤੀ ਸਿਹਤ ਦੇਵੇ ਉਹਨਾਂ ਦੀ ਔਲਾਦ ਆ 4 ਬੇਟੇ ਮਾਸ਼ਾਅੱਲਾ 5 ਸੀ ਇੱਕ ਅੱਲਾ ਨੂੰ ਪਿਆਰਾ ਹੋ ਗਿਆ ਸਾਡਾ ਕਲਾਸ ਫੈਲੋ ਸੀ ਮੁਹੰਮਦ ਆਜ਼ਮ ਅਤੇ
ਉਹਨਾਂ ਦੇ ਵੱਡੇ ਬੇਟੇ ਰਾਣਾ ਮੁਹੰਮਦ ਅਜੀਜ਼ ਬਾਬਰ ਜਿਹੜੇ ਅੱਜ ਕੱਲ੍ਹ ਨੈਸ਼ਨਲ ਬੈਂਕ ਉਹਨਾਂ ਦੇ ਵਿੱਚ ਮੈਨੇਜਰ ਆ, ਅਤੇ ਅੱਲਾ ਨੇ ਤਾਕਤ ਦੌਲਤ ਇੱਜ਼ਤ ਸਭ ਕੁਛ ਦੇਣ ਦੇ ਬਾਵਜੂਦ ਵੀ ਏਡੀ ਠੰਡੀ ਤਬੀਅਤ ਅਤੇ ਏਡੇ ਚੰਗੇ ਬੰਦੇ ਖੱਖਾਂ ਦੇ ਵਿੱਚ ਵੀ ਲੋਕ ਰਾਤ ਨੂੰ ਵੀ ਆਪਣੇ ਮਸਲੇ ਹੱਲ ਪੜਦੇ ਨਾ ਵੀ ਕਰਾਉਂਦੇ ਆ ਅਤੇ ਕਈ ਓਪਨ ਵੀ ਕਰਾਉਂਦੇ ਆ। ਅਤੇ ਭਾਜੀ ਬਾਬਰ ਆ ਸਾਡੇ ਕੋਲ ਬੈਠੇ ਮਾਸ਼ਾਲਾ, ਅਤੇ ਆਹ ਹੀ ਬੈਠਕ ਹੁੰਦੀ ਸੀ ਬਾਈ ਉਹਨਾਂ ਦੀ, ਇੱਥੇ ਬਹਿ ਕੇ ਉਹ ਫੈਸਲੇ ਕਰਦੇ ਸੀ ਅਤੇ ਗਾਂਹ ਭਾਜੀ ਹੋਣੀ ਆ ਉਹ ਸਰਕਾਰੀ ਨੌਕਰੀ ਆ ਬਸ ਇੱਦਾਂ ਦੇ ਵਸਾਇਲ ਆ ਜੀ, ਅਤੇ ਨਹੀਂ ਟਾਈਮ ਲੋਕਾਂ ਨੂੰ ਦਿੰਦੇ ਆ ਫਿਰ ਵੀ ਬਹੁਤ। ਜਦੋਂ ਵੀ ਕੋਈ ਬੰਦਾ ਆ ਜਾਵੇ ਉਹਦਾ ਮਸਲਾ ਅੱਲਾ ਦੇ ਫਜ਼ਲ ਦੇ ਨਾਲ ਇਸ ਦਰ ਤੋਂ ਨਾ ਅੱਜ ਤੱਕ ਕੋਈ ਖਾਲੀ ਗਿਆ ਅਤੇ ਨਾ ਖਾਲੀ ਜਾਂਦਾ ਹੀ ਆ। ਜਦੋਂ ਵੀ ਤੁਸੀਂ ਆਓਗੇ ਤੁਹਾਨੂੰ ਇਸ ਦਰ 'ਤੇ ਇਨਸ਼ਾਅੱਲਾ 5-10 ਬੰਦੇ ਬੈਠੇ ਮਿਲਣਗੇ, ਅਤੇ ਅੱਲਾ ਦੀ ਯਾਦ ਇਹਨਾਂ ਨੂੰ ਤੰਦਰੁਸਤੀ ਸਿਹਤ ਦੇਵੇ। ਬੜੀ ਮਿਹਰਬਾਨੀ ਭਾਜੀ ਜੀ, 2 ਮਿੰਟ ਟਾਈਮ ਦਿੱਤਾ ਜੀ, ਅੱਲਾ ਤੁਹਾਨੂੰ ਸਿਹਤ ਦੇਵੇ, ਤੰਦਰੁਸਤੀ ਦੇਵੇ।